98 ਮਾਡਲ ਜੱਟ ਦੀ ਦਨਾਲੀ ਦਾ, ਚੈੱਕ ਕਰ ਗੱਡੀ ਮੇਰੀ ਦੇਖ ਤੂੰ ਕਾਲੀ ਦਾ। ਨਮਸਕਾਰ ਦੋਸਤੋ, ਸਵਾਗਤ ਕਰਦੇ ਤੁਹਾਡੇ ਆਪਣੇ ਚੈਨਲ 'ਤੇ। ਜੇ ਚੈਨਲ 'ਤੇ ਨਵੇਂ ਆਏ ਨੇ, ਕਰਨ ਚੈਨਲ ਨੂੰ ਸਬਸਕ੍ਰਾਈਬ ਅਤੇ ਕਰਨ ਲਾਈਕ ਅਤੇ ਕਰਨ ਬੈਲ ਆਈਕਨ ਔਨ। ਅਤੇ ਪਹਿਲਾਂ ਤੁਹਾਨੂੰ ਰਿਐਕਸ਼ਨ ਦਿੰਦੇ ਹਾਂ ਭਾਈ ਦੇ 98 ਮਾਡਲ ਦੇ ਨਾਲ ਹੀ। ਭਾਜੀ ਕੋਲ ਹੈਗੀ ਹੈ, ਭਾਜੀ ਕੀ ਕਹਿਣਾ ਚਾਹੁੰਦੇ ਨੇ ਸੁਣੋ। ਦੋਸਤੋ, ਇਸ ਗਾਣੇ ਵਿੱਚ ਭਾਜੀ ਕਹਿ ਰਹੇ ਨੇ, ਮੇਰੇ ਕੋਲ 98 ਮਾਡਲ ਦੀ ਦਨਾਲੀ ਆ, ਮੇਰੇ ਕੋਲ ਗੱਡੀ ਕਾਲੀ ਆ, ਪਲੱਸ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਮੇਰੇ ਲਾਗੇ ਨਾ ਉਹ ਕੁੜੀ ਨੂੰ ਵੀ ਭਾਜੀ ਨੇ ਕਿਹਾ ਵਿੱਚ ਗਾਣੇ ਦੇ ਕਿ ਮੇਰੇ ਲਾਗੇ ਨਾ ਤੇਰੇ 'ਤੇ ਕੋਈ ਕੇਸ ਪੈ ਸਕਦਾ ਆ, ਕਿਉਂਕਿ ਮੇਰੇ ਕੋਲ 98 ਮਾਡਲ ਦੀ ਦਨਾਲੀ ਆ, ਮੈਂ ਇਹਨੂੰ ਚਲਾਉਣਾ ਹੀ ਚਲਾਉਣਾ ਆ। ਅਤੇ ਭਾਜੀ ਆਪਣੀ ਗੱਡੀ ਬਲੈਕ ਜੀ ਕਹਿੰਦੇ ਆ ਕਿ ਮੈਂ ਚਲਾ ਰਿਹਾ ਗੱਡੀ ਵੀ, ਅਤੇ ਵਿੱਚ 98 ਮਾਡਲ ਦਨਾਲੀ ਆ, ਇਸ ਕਰਕੇ ਗਾਣੇ ਦਾ ਸੇਮ ਇੱਕੋ ਹੀ ਮਤਲਬ ਆ ਜੀ ਕਿ 98 ਮਾਡਲ ਮੇਰੇ ਕੋਲ ਦਨਾਲੀ ਆ ਅਤੇ ਗੱਡੀ ਮੇਰੇ ਤੋਂ ਕਾਲੀ ਆ। ਗਾਣੇ ਦੀ ਆਹ ਲਾਈਨ ਵੀ ਸੁਣ ਲਓ। ਜੇ ਬਿੱਲੋ ਨਹੀਂ ਥੋੜਾ ਬੱਚ ਕੇ ਤੇਰੇ ਪਿੱਛੇ ਘੁੰਮਦਾ ਸੀ ਲੱਡੂਆਂ ਦਾ ਮਹਿਕਮਾ, ਤਲ ਸੀ ਮੈਂ ਫੇਂਟੇ ਸਾਲੇ ਤੁਰੇ ਜਾਂਦੇ ਡੱਕ ਕੇ, ਉਹ ਜੱਟੀ ਸਰਦਾਰ ਦੀ ਉਹ ਪੈਸਿਆਂ ਦੀ ਥੋੜ ਜੀ 98 ਆ ਮਾਡਲ। ਤਾਂ ਬਸ ਇਸ ਗਾਣੇ ਨੂੰ ਭਾਈ ਦੇ ਇੱਕੋ ਬਣਾਉਣ ਦਾ ਮਤਲਬ ਆ, 98 ਮਾਡਲ ਦੀ ਮੇਰੇ ਕੋਲ ਦਨਾਲੀ ਆ ਅਤੇ ਜਾਟਕੂ ਗੱਡੀ ਕਾਲੀ ਆ, ਅਤੇ ਮੈਂ ਬੁੱਲੇ ਲੁੱਟਦਾ ਨੇਰੇ ਲੈਂਦਾ ਰੱਬ ਦੀ ਕਿਰਪਾ ਨਾਲ, ਅਤੇ ਹੁਣ 15-20 ਗਾਣੇ ਹੋਰ ਕੱਢਾਂਗਾ। ਅਤੇ ਇਸ ਗਾਣੇ ਨੂੰ ਕਰੋ ਤੁਸੀਂ ਇੰਜੋਏ, ਜੇ ਤੁਹਾਡੇ 98 ਮਾਡਲ ਦਨਾਲੀ ਹੈਗੀ ਆ, ਜੇ ਨਹੀਂ ਹੈਗੀ ਤਾਂ ਉੱਦਾਂ ਇੰਜੋਏ ਕਰੋ, ਅਤੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਧੰਨਵਾਦ।